ਸੋ ਨਿਹਾਲ ਸਤਿ ਕਿਰਿਆ ਕਰਨ ਮਾਨਯੋਗ ਸਾਧ ਸੰਗਤ ਜੀ ਕਰਮਾ ਭਾਗਾਂ ਵਾਲਿਓ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਦਾ ਭੋਗ ਪਿਆ ਪਹਿਲਾਂ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਗਿਆਨੀ ਜੀ ਉਹਨਾਂ ਨੇ ਨੇਮ ਦੇ ਅਨੁਸਾਰ ਕੀਤਾ ਫੇਰੇ ਸ੍ਰੀ ਅਖੰਡ ਪਾਤਸ਼ਾਹ ਦਾ ਭੋਗ ਪਿਆ ਆਰਤੀ ਆਰਸੇ ਦਾ ਪੂਜਨ ਹੋਇਆ ਤੇ ਕੀਰਤਨ ਵੀ ਹੋਇਆ ਰਮਾਲਾ ਸਾਹਿਬ ਦਾ ਸ਼ਬਦ ਵੀ ਗਾਇਨ ਹੋਇਆ ਬੱਚਿਆਂ ਨੇ ਸ਼ਬਦ ਗਾਇਨ ਕੀਤਾ ਸੀ ਬੜਾ ਹੀ ਪਿਆਰਾ ਮੁਕਤ ਭਗਤ ਜੀਗਤ ਤੇ ਸੇਵਾ ਜਿਸ ਤੋਂ ਆਪ ਕਰਾਏ ਤਹਾਂ ਬੈਕੁੰਠ ਜੈਂ ਕੀਰਤਨ ਤੇਰਾ ਤੋ ਆਪੇ ਸਰਦਾਰ ਆਏ ਤੇ ਬੜਾ ਪਿਆਰਾ ਸ਼ਬਦ ਗਾਇਨ ਕੀਤਾ ਸੀ ਹੁਣ ਇੰਡੀਆ ਚ ਰਹਿ ਰਹੇ ਬੀਬੀ ਕੁਲਦੀਪ ਕੋਰ ਹੁਣੀ ਤੇ ਉਹਨਾਂ ਦੀ ਤੰਦਰੁਸਤੀ ਲਈ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਗਿਆਨੀ ਜੀ ਅਰਦਾਸ ਕਰਨਗੇ ਤੇ ਸਾਰੀ ਸੰਗਤ ਨੇ ਮਿਲ ਕੇ ਪਾਠ ਕੀਤਾ ਤੇ ਅਵਾਇ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਨੇ ਜਾਣਾ ਹੋਵੇ ਅਸੀਂ ਇਹ ਨਹੀਂ ਕਹਿੰਦੇ ਜਾਓ ਨਾ ਜਾਓ ਪਰ ਕੁਛ ਨਾ ਕੁਛ ਖਾ ਕੇ ਜਾਓ ਸਮੋਸਾ ਖਾਓ ਗਲਾਬ ਜਾਮਨ ਖਾਓ ਤੇ ਉਹਦੇ ਕੁਝ ਹੋਰ ਹੀ ਕਹਿੰਦੀ ਸੀ ਕਿ ਬੀਬੀ ਇੱਕ ਕਹਿੰਦੀ ਸੀ ਪਤਾ ਨਹੀਂ ਕੋਲੇ ਹੈਗੀ ਤੇ ਰਸੀ ਆ ਪਤਾ ਫਲੂਦਾ ਕਹਿੰਦੀ ਸੀ ਮੈਨੂੰ ਪਤਾ ਨਹੀਂ ਇੰਡੀਆ ਦਾ ਸ਼ਬਦ ਬੜਾ ਵਧੀਆ ਇਹ ਕਹਿੰਦੇ ਹੁੰਦੇ ਸੀ ਇਹ ਤਾਂ ਤੇ ਜੋ ਮਰਜੀ ਛਕੋ ਤੇ ਮਾਰੇ ਦੀ ਬਾਣੀ ਕਹਿੰਦੀ ਹੈ ਹਰ ਹਰ ਤੇਰਾ ਨਾਮ ਹੈ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰਸੇਵਾ ਤੇ ਪਾਈਏ ਗੁਰਮਖਿ ਨੇ ਸਾਰਾ ਜੋ ਹਰ ਨਾਮ ਧਿਆਇਂ ਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਤੇ ਬੀਬੀਆਂ ਹੁਣ ਕਹਿਦੀਆਂ ਸੀ ਬਹੁਤ ਸ਼ਾਸਤਰ ਬਹੁ ਸਿਮਰਤੀ ਬਹੁਤੇ ਸ਼ਾਸਤਰ ਵੀ ਵੇਖੇ ਵਾ ਛੇ ਸ਼ਾਸਤਰ ਆਦੋਂ ਵੀ ਬਹੁਤੀ ਵਾਰ ਪੜੇ ਬਹੁ ਸ਼ਾਸਤਰ ਬਹੁ ਸਿਮਰਤੀ 27 ਸਿਮਰਤੀਆਂ ਅਸੀਂ 27 ਸਿਮਰਤੀਆਂ ਵੀ ਬਹੁਤ ਵਾਰਾਂ ਪੜੀਆਂ ਛੇ ਸ਼ਾਸਤਰ ਜਿਹੜੇ ਆ ਉਹ ਵੀ ਬਹੁਤ ਬੜੀ ਪੜ੍ਹੇ ਆ ਤੇ ਕੋਖੇ ਆ ਵਿਚਾਰ ਕੀਤੀ ਆ ਇਸ ਤੇ ਉਹ ਕਹਿੰਦੇ ਕੀ ਆ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਰੱਬ ਦੇ ਪਰਮਾਤਮਾ ਦੇ ਹਰੀ ਦੇ ਨਾਮ ਤੋਂ ਬਿਨਾਂ ਗੱਲਾਂ ਬੋਲਦਾ ਸਾਰੀਆਂ ਥੱਲੇ ਆ ਕੋਈ ਵੀ ਨਹੀਂ ਪੁੱਜਦਾ ਉਸ ਤੋਂ ਇਹ ਉਥੇ ਇਸ ਲਈ ਜੇਰਾ ਕੀਰਤਪੁਰ ਸਾਹਿਬ ਹੈ ਨਾ ਉਥੇ ਬਾਬਾ ਗੁਰਦੇਸ ਸਿੰਘ ਦੀਆਂ ਪੌੜੀਆਂ ਬੜੀਆਂ ਵੱਡੀਆਂ ਵੱਡੀਆਂ ਹੁੰਦੀਆਂ ਸੀ ਹੁਣ ਤਾਂ ਮੈਨੂੰ ਪਤਾ ਨਹੀਂ ਹੈਗੀਆਂ ਕਿ ਨਹੀਂ ਬਹੁਤ ਵੱਡੀਆਂ ਪੌੜੀਆਂ ਸੀ ਉਹ ਉਹ ਉਸ ਦੇ ਰਾਜਾ ਬੁਮਾਰਸੀ ਰਾਣੀ ਉਹਨੂੰ ਲੈ ਕੇ ਆਈ ਤੇ ਮਹਾਰਾਜ ਨੇ ਆਖਿਆ ਇੱਕ ਮਹੀਨਾ ਸੇਵਾ ਕਰੋ ਇੱਥੇ ਨਾ ਆਇਆ ਕਿ ਨਿਤਨੇਮ ਕਰੋ ਹੌਲੀ-ਹੌਲੀ ਠੀਕ ਹੁੰਦਾ-ਹੁੰਦਾ ਹੋ ਗਿਆ ਕਹਿਣ ਲੱਗੇ ਮਹਾਰਾਜ ਸਾਡੇ ਘਰ 'ਚ ਔਲਾਦ ਵੀ ਨਹੀਂ ਹੈਗੀ ਕਹਿੰਦੇ ਇੱਕ ਮਹੀਨਾ ਹੋਰ ਭਾਂਡੇ ਮੰਜੋ ਰਾਣੀ ਨੂੰ ਕਹਿੰਦੇ ਤੇ ਉਹ ਸੇਵਾ ਕੀਤੀ ਮਹਾਰਾਜ ਨੇ ਬੱਚੇ ਦੀ ਵੀ ਦਾਤ ਦਿੱਤੀ पौड़िया जड़िया इस करके सी राजे ने पे मेरे घर महारे ने औलाद दी है बड़िया व्डिया तो उच्चिया पौड़ियाग होनी सो इस करके करम भागा वाले ये श्री सुखमी साहब का पाठ जोड़ा सारे ने मिल के किया मैं भुलना चाहा अगले फ्राइडे नैक्सट फ्राइडे ਸਰਦਾਰ ਸਤਨਾਮ ਸਿੰਘ ਬੀਬੀ ਕਸ਼ਮੀਰ ਕੋਲ ਸੇਵਾਦਾਰ ਉਹਨਾਂ ਵੱਲੋਂ ਸ਼੍ਰੀ ਖੰਡਪੌਰ ਸਾਹਿਬ ਹੈ ਤੇ ਐਤਵਾਰ ਨੂੰ ਭੋਗ ਪਾਉਣਾ ਮੈਂ ਸੰਗਤ ਨੂੰ ਲੋਕਲ ਸੰਗਤ ਨੂੰ ਬੇਨਤੀ ਕਰਦਾ ਕਿ ਤਿੰਨੇ ਦਿਨ ਸਾਰੇ ਨੇ ਆਉਣਾ ਤਿੰਨੇ ਦਿਨ ਰੌਣਕਾਂ ਬਧਾਓ ਤਿੰਨੇ ਦਿਨ ਸੇਵਾ ਕਰੋ ਬਿਨ ਸੇਵਾ ਸਧਿਗ ਹੱਥ ਪੈਰ ਹੋਲਨੇ ਫਲ ਕਰਨੀ ਜੇ ਸੇਵਾ ਨਹੀਂ ਨ ਕਰਦਾ ਬੰਦਾ ਉਹਦੇ ਹੱਥ ਪੈਰਾਂ ਨੂੰ ਲਾਹਨਤ ਹੈ ਤਰਗਾਕਾਰ ਹੈ 100 ਵਾਰਾ ਫਿਟੇ ਨੂੰ ਕਹੀਏ ਨਾ ਤੇ ਇੱਕ ਲਾਹਨਤ ਬਣਦੀ ਆ 100 ਵਾਰ ਲਾਹਨਤ ਕਿਸੇ ਨੂੰ ਪਾਈਏ ਇੱਕ ਤਰਗ ਬਣਦਾ ਇਸ ਕਰਕੇ ਕਹਿੰਦੇ ਆ ਬਿਨ ਸੇਵਾ ਤਰੇਗ ਹੱਥ ਪੈਰ ਹੋਣ ਨੇਫਲ ਕਰਨੀ ਕੋਈ ਫਾਇਦਾ ਨਹੀਂ ਹੱਥਾਂ ਪੈਰਾਂ ਦਾ ਜੇ ਸੇਵਾ ਨਹੀਂ ਕਰਦਾ ਗੁਰੂ ਗਿਰਤਾਰ ਪਾਤਸ਼ਾਹ ਨੇ ਆਖਿਆ ਮੈਨੂੰ ਪਾਣੀ ਦਿਓ ਮੈਨੂੰ ਪਾਣੀ ਦੀ ਪਿਆਸ ਲੱਗੀ ਹੋਈ ਆ ਮੈਂ ਪਾਣੀ ਪੀਣਾ ਇੱਕ ਬੜਾ ਸਾਦੇ ਸੱਜ ਕੇ ਬੈਠਾ ਸੀ ਬੰਦਾ ਉਹ ਕਹਿੰਦਾ ਸੀ ਮੈਂ ਨਹੀਂ ਕੁਝ ਵੀ ਕਰਨਾ ਉਹਨੇ ਪਾਣੀ ਦਾ ਕਟੋਰਾ ਜਲਦੀ ਜਲਦੀ ਭਰ ਕੇ ਲੈ ਆਉਂਦਾ ਕੋਈ ਹੋਰ ਨਾ ਦੇ ਦਵੇ ਮਹਾਰਾਜ ਨੂੰ ਪਾਣੀ ਮਹਾਰਾਜ ਨੇ ਉਹਦੇ ਹੱਥ ਵੇਖੇ ਤੇ ਪਾਣੀ ਝੋਲ ਦਿੱਤਾ ਉਨੇ ਆਖੇ ਲਈ ਮੇਰੇ ਪਿੰਡ ਦੇ ਲਾਇਕ ਮਹਾਰਾਜ ਨੇ ਕਿਹਾ ਉਹਨੇ ਹੋਰ ਲਿਆਂਦਾ ਉਹਨੇ ਆਖਿਆ ਨਹੀਂ ਇਹ ਨਹੀਂ ਮੈਂ ਪੀਣਾ ਪਾਣੀ ਜਦ ਹੱਥ ਵੇਖੇ ਨਾ ਕਹਿੰਦੇ ਤੂੰ ਕਦੀ ਸੇਵਾ ਕੀਤੀ ਆ ਕਹਿੰਦਾ ਨਹੀਂ ਜੀ ਮੈਂ ਨਹੀਂ ਕਦੀ ਸੇਵਾ ਕੀਤੀ ਮੈਂ ਤਾਂ ਸੰਗਤ ਵਿੱਚ ਵੀ ਨਹੀਂ ਜਾਂਦਾ ਜੇ ਜਾਵਾਂ ਤੇ ਉਦਾਂ ਹੀ ਐਵੇਂ ਹੱਥ ਜੇਲ ਮੁਕਾ ਕੇ ਆ ਜਾਣਾ ਮੈਨੂੰ ਕੱਪੜੇ ਦੇਣ ਵਾਲੇ ਤੇ ਚੀਜ਼ ਤੋਂ ਕੱਢ ਕੇ ਹੋਰ ਹੈ ਰੋਟੀ ਦੇਣ ਵਾਲੇ ਹੋਰ ਹੈ ਪਾਣੀ ਦੇਣ ਵਾਲੇ ਹੋਰ ਮੈਂ ਨਹੀਂ ਸੇਵਾ ਕੀਤੀ ਮਾਰੇ ਨੇ ਆਖਿਆ ਭਲੋ ਮੈਂ ਤਲ ਜੁੱਧ ਲੜਨੇ ਆ ਮੈਂ ਖਾਲਸਾ ਪੰਥ ਪੈਦਾ ਕਰਨਾ ਉਹ ਤੇਰੇ ਵਰਗੇ ਦਾ ਪਾਣੀ ਪੀ ਕੇ ਮੈਂ ਲੇਜੀ ਹੋ ਜਾਵਾਂਗਾ ਆਲਸੀ ਹੋ ਜਾਊਂਗਾ ਮੈਂ ਨਹੀਂ ਪੀਣਾ ਢੋਲਦੇ ਉਹਨਾਂ ਦਾ ਪਾਣੀ ਨਹੀਂ ਸੀ ਪੀਤਾ ਇਸ ਲਈ ਸਾਰਾ ਪਰਵਾਰ ਲਿਸਟ ਤੋਂ ਆਣ ਕੇ ਐਜੀਰੋਂ ਸੇਵਾ ਕਰ ਰਿਹਾ ਕਰਮਾ ਭਾਗਾ ਵਾਲਿਓ ਤੇ ਅਗਲੇ ਦੇ ਨਿਹਰ ਸ਼ੁਕਰਸ਼ਿ ਨਚਰ ਐਤਵਾਰ ਤੇ ਤੁਸੀਂ ਸਾਰਿਆਂ ਨੇ ਆਉਣਾ ਤੇ ਇੱਕ ਵਾਰੀ ਸਾਰੇ ਗੱਜ ਕੇ ਆਖੋ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਗੱਜ ਕੇ ਬੋਲੋ ਸਤ ਨਾਮ ਵਾਹੇ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਅਤੇ ਨਾਮ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਸੋ ਗੁਰਦਵਾਰਾ ਪਿਤਾ ਕਾਲੂ ਸਾਹਿਬ ਸਾਰਿਆਂ ਨੂੰ ਘੜ ਲਾਉਂਦਾ ਸਾਰਿਆਂ ਨੂੰ ਆਪਣੀ ਬੁੱਕਲ ਚ ਫੜਾਉਂਦਾ ਸਾਰਿਆਂ ਨੂੰ ਆਪਣੀ ਗੋਦ ਵਿੱਚ ਲੈਂਦਾ ਆ ਜਾ ਕੁਛ ਲੈ ਜਾ ਕੁਛ ਖਾਟ ਜਾ ਸਾਕਾਹਨੀ ਸਾਹਿਬ ਗੁਰਦੁਆਰਾ ਲੰਗਰ ਮਾਤਾ ਸ੍ਰੀ ਸੁਖਬਾ ਜੀ ਤੇ ਇਹ ਸਾਰਿਆਂ ਨੇ ਆਖਣਾ ਨਾਮ ਜਪੀਏ ਤਾਂ ਕਾਰ ਦੁੱਖੜੇ ਦੂਰ ਨਾਮ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਸੁਖੜੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਸੁਖੜੇ ਸੇਵਾ ਕਰਕੇ ਮਾਨ ਪਾਈ ਦਾ ਤਾਂ ਨਾਮ ਜਪੀਏ ਤਾਂ ਦੂਰ ਹੁੰਦੇ ਸੁਖੜੇ ਸੇਵਾ ਕਰਕੇ ਮਾਨ ਭਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਰੇ ਸੇਵਾ ਕਰਕੇ ਮਾਨ ਭਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਰੇ ਹੋ करके मान पाई दा मेरे प्यारे भी सेवा करके मान पाई दा वाह 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 जी सेवा करके मान पाई दा मेरे प्यारे सेवा करके मान पाई दा वाह वाह मान जी सेवा करके मान पाई दा ओ नाम ਇਹ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਨ ਪਾਈਦਾ ਇਹ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਨ ਪਾਈਦਾ ਰੈ ਸੇਵਾ ਕਰਕੇ ਮਨ ਪਾਈ ਦਾ ਜੀ ਮਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਉਹਨਾਂ ਨੇ ਬੜਾ ਬੀਬੀ ਜਿਆ ਉਹਨਾਂ ਨੇ ਬੜੇ ਛੱਟੇ ਦਿੱਤੇ ਉਹਨਾਂ ਨੇ ਜਿਹੜੇ ਸਿਨਮਿਆਂ ਚ ਜਾਂਦੇ ਸੀ ਉਹਨਾਂ ਨੂੰ ਹਟਾ ਕੇ ਤੇ ਗੁਰਬਾਣੀ ਨਾਲ ਜੋੜਿਆ ਲੋਕੀ ਕਹਿੰਦੇ ਆ ਸੰਤ ਐਵੇਂ ਵਿਲੇ ਖਾਈ ਪੀ ਜਾਂਦੇ ਪਲੇਓ ਲੋਕਾਂ ਦੇ ਉਦਾਂ ਦਿਲ 'ਚ ਇਹ ਹੀ ਆ ਕਈਆਂ ਦੇ ਸਾਰਿਆਂ ਨੂੰ ਨਹੀਂ ਮੈਂ ਲੈਂਦਾ ਕਈਆਂ ਦੇ ਮਨ 'ਚ ਇਹ ਆ ਕਿ ਅਸੀਂ ਦਿੰਨੇ ਆ ਇੱਕ ਬਾਣੀ ਦੀ ਟੋਕਾ ਫਰੀਦਾ ਹੰਸ ਉੱਡਣ ਕੋਦਰੇ ਪਿਆ ਲੋਕ ਵਟਾਰਨ ਜਾਏ ਗੈਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਬਚਾਰਾ ਹੰਸ ਜੀ ਉਹ ਉਤੋਂ ਦੀ ਨੰਗਲ ਲਗਾ ਕੋਦਨੇ ਦੇ ਗੋਲੀ ਮਾਰਤੀ ਉਹਨੂੰ ਕੀ ਕਰੀਏ ਲੋਕਾਂ ਦਾ ਹਾਲ ਉਹਨੂੰ ਇਹ ਪਾਗਲ ਨੂੰ ਨਹੀਂ ਸੀ ਪਤਾ ਕਿ ਹੰਸ ਦੇ ਸੱਚੇ ਮੋਤੀ ਖੰਦਾ ਉਹਦੇ ਮਾਨਸਰੋਵਰ ਤੋਂ ਮੋਤੀ ਚੁਗਦਾ ਉਹਨੇ ਇੱਕ ਉਹਦਰਾ ਕੀ ਖਾਣਾ ਇਹਦੇ ਸੰਤ ਮਹਾਪੁਰਸ਼ ਜਿਹੜੇ ਆ ਉਹ ਖਲਾਰ ਜਾਂਦੇ ਆ ਆਪਣੀ ਨਾਮ ਦੇ ਛੱਟੇ ਦੇ ਜਾਂਦੇ ਆ। ਸ਼ੰਤ ਈਸ਼ਰ ਸਿੰਘ ਜੀ ਨਹੀਂ ਹੈਗੇ ਭਾਵੇਂ ਪਰ ਉਹਨੇ ਵੀ ਵਰਸੀਆਂ ਕਿਉਂ ਮਨਾਈਆਂ ਜਾਂਦੀਆਂ? ਉਹਨਾਂ ਨੇ ਛੱਟੇ ਦਿੱਤੇ ਸੀ। ਉਹਨੇ ਆਖਿਆ ਨਾਮ ਭੁੱਲੋ ਨਾ ਵਿਸਰੋ ਉਹ ਇਹ ਨਾਮ ਸਾਰੋ। ਇਸ ਕਰਕੇ ਮੈਂ ਬਹੁਤਾ ਕੁਛ ਨਾ ਆਖਾ ਸਿੰਘ ਨੇ ਸ਼ਬਦ ਪੜਨੇ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸ਼ਬਦ ਗਾਇਨ ਕਰੋ ਆਪਣੇ ਹਿਸਾਬ ਨਾਲ ਤੇ ਜਿੰਨੇ ਜਿੰਨੇ ਸ਼ਬਦ ਪੜਨਾ ਪੜੋ। ਤੇ ਅਰਦਾਸ ਰੱਖਣੀ ਏਕ ਘੜੀ ਆਦੀ ਘੜੀ ਆਦੀ ਹੁਣ ਆਦ ਪਾਕਿਸਤਾਨ ਛੇਤੀ ਗੋਸ਼ਟੇ ਜੋਕੀਨੋ ਸੋ ਲਾਬੀ ਲਾਬਾ ਇਹਦਨ ਆਖਿਓ ਇੱਥੇ ਟਾਈਮ ਬਰਥ ਜਾਣਾ ਬੈਠਿਆ ਇੱਥੇ ਟਾਈਮ ਜਿਹੜਾ ਇਹ ਕੀਮਤੀ ਟਾਈਮ ਆ ਇਹ ਕੀਮਤ ਇਹਦੀ ਪੈ ਜਾਣੀ ਆ ਬੜੀ ਕੀਮਤ ਵੱਢੀ ਪੈਣੀ ਆ ਬੇਬੀ ਤੁਹਾਂ ਕੋਲ ਹੋਣਾ ਨੇ ਇੰਡੀਆ ਬੈਠੇ ਆ ਪਰ ਫਿਰ ਵੀ ਇੱਥੇ ਲਈ ਪਦਾਰਥ ਚੀਜ਼ਾਂ भेजियां ਉਹਨਾਂ ਨੇ ਸਿਰੋਪੇ ਵੀ ਮਾਲਾ ਵੀ ਤੇ ਉਹਦੇ ਉਹਦੇ ਬੇਟੇ ਨੇ ਵੀ ਸੇਵਾ ਦਿੱਤੀ ਹੈ 11 ਪੌਂਡ ਮੈਂ ਬੇਟਾ ਜੀ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ